ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਵਾਰਡ ਨੰਬਰ 27 ਦੀ ਉਮੀਦਵਾਰ ਬਲਜੀਤ ਕੌਰ ਨੇ ਆਪਣੀ ਪਹਿਲੀ ਚੋਣ ਮੀਟਿੰਗ ਕੀਤੀ ਹੈ ਜੋ ਵੇਖਦੇ ਵੇਖਦੇ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਚੋਣ ਰੈਲੀ ਦੇ ਵਿੱਚ ਹਲਕੇ ਦੀ ਨੁਮਾਇੰਦਗੀ ਕਰ ਰਹੀ ਬੀਬੀ ਸਤਵਿੰਦਰ ਕੌਰ ਬਿੱਟੀ, ਉਹਨਾਂ ਦੇ ਪਤੀ ਸੀਨੀਅਰ ਕਾਂਗਰਸੀ ਆਗੂ ਕੁਲਰਾਜ ਸਿੰਘ ਬੰਟੀ ਗਰੇਵਾਲ ਅਤੇ OSD ਰਜਿੰਦਰ ਸਿੰਘ ਧਾਂਦਲੀ ਨੇ ਵਿਸ਼ੇਸ਼ ਤੌਰ ਦੇ ਉੱਤੇ ਸ਼ਿਰਕਤ ਕੀਤੀ ਹੈ। ਇਸ ਮੌਕੇ ਦੇ ਉੱਤੇ ਬਿੱਟੀ ਨੇ ਕਿਹਾ ਕਿ ਉਹ ਮੁੰਡੀ ਪਰਿਵਾਰ ਦੇ ਵੱਲੋਂ ਕਾਂਗਰਸ ਪਾਰਟੀ ਨੂੰ ਨਿਰਸਵਾਰਥ ਦਿੱਤੀਆਂ ਸੇਵਾਵਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਅਤੇ ਅਜਿਹੇ ਨੂੰ ਵੇਖਦਿਆਂ ਉਹਨਾਂ ਦੇ ਵੱਲੋਂ ਮੁੰਡੀ ਪਰਿਵਾਰ ਨੂੰ ਟਿਕਟ ਦਿੱਤੀ ਗਈ ਹੈ। ਉਹਨਾਂ ਪਾਰਟੀ ਤੋਂ ਬਾਗੀ ਹੋ ਕੇ ਆਜ਼ਾਦ ਚੋਣ ਲੜ ਰਹੇ ਹਰਦੀਪ ਸਿੰਘ ਮੁੰਡੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਵਰਗਾ ਮਿਹਨਤੀ ਵਰਕਰ ਬਣਨਾ ਔਖਾ ਹੈ। ਉਹਨਾਂ ਕਿਹਾ ਕਿ ਜਲਦੀ ਹੀ ਉਸਦੀ ਕਾਬਲੀਅਤ ਮੁਤਾਬਿਕ ਉਸ ਨੂੰ ਯੋਗ ਨੁਮਾਇੰਦਗੀ ਦਿੱਤੀ ਜਾਵੇਗੀ। ਉਹਨਾਂ ਪਾਰਟੀ ਦੇ ਕੁਝ ਆਗੂਆਂ ਦੀ ਤੁਲਨਾ ਬੁੱਕਲ ਦੇ ਸੱਪਾਂ ਦੇ ਨਾਲ ਕਰਦਿਆਂ ਕਿਹਾ ਕਿ ਬਿੱਟੀ ਉਹਨਾਂ ਦੀਆਂ ਚਾਲਾਂ ਤੋਂ ਘਬਰਾਉਣ ਵਾਲੀ ਨਹੀਂ ਹੈ। ਇਸ ਮੌਕੇ ਦੇ ਉੱਤੇ ਬਲਜੀਤ ਕੌਰ ਨੇ ਪਹੁੰਚੇ ਪਿੰਡ ਵਾਸੀਆਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਦੇ ਸਪੁੱਤਰ ਹੈਪੀ ਮੁੰਡੀਆਂ ਨੇ ਬੰਤੋ ਮਹੰਤ ਵੱਲੋਂ 30 ਲੱਖ ਦੀ ਟਿਕਟ ਲੈਣ ਦੇ ਦੋਸ਼ ਨੂੰ ਨਕਾਰਦਿਆਂ ਆਪਣੀ ਜਿੱਤ ਦਾ ਦਾਅਵਾ ਵੀ ਕੀਤਾ। ਬਹੁਤ ਨਿਰਾ, ਬਹੁਤ ਝੂਠ ਆ ਜੀ, ਕੋਈ ਏਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਅਸੀਂ ਕਸਮਾਂ ਖਾਣ ਨੂੰ ਤਿਆਰ ਹਾਂ ਗੁਰੂ ਗ੍ਰੰਥ ਸਾਹਿਬ ਦੀਆਂ, ਅਤੇ ਜਿਵੇਂ ਮਤਲਬ ਸਾਨੂੰ ਬਹੁਤ ਵਧੀਆ ਪਿਆਰ ਮਿਲ ਰਿਹਾ ਵਾ, ਜਿਵੇਂ ਕਿ ਤੁਸੀਂ ਦੇਖਿਆ ਲੋਕਾਂ ਦਾ ਇਕੱਠ ਆ, ਬਹੁਤ ਸਾਨੂੰ ਸਹਿਯੋਗ ਮਿਲ ਰਿਹਾ। ਹਾਂਜੀ, ਅੱਜ ਜੀ ਅਸੀਂ ਆਪਣੇ ਵਾਰਡ ਨੰਬਰ 27 ਤੋਂ ਸਾਡੇ ਬਲਜੀਤ ਕੌਰ ਜੀ ਬੈਠੇ ਨੇ, ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਮਨ ਚਾਹੁੰਦਾ ਸੀ ਇਹ ਇਲੈਕਸ਼ਨ ਲੜਨ, ਹਮੇਸ਼ਾ ਮੈਂ ਇਹਨਾਂ ਦੇ ਘਰ ਆਉਣਾ। ਅਤੇ ਮੈਂ ਇੱਕ ਹੋਰ ਗੱਲ ਦੱਸਦੀ ਕਿ ਮੈਂ ਮਾਂ ਸੰਤੋਸ਼ੀ ਦੀ ਵੀ ਭਗਤ ਹਾਂ, ਅਤੇ ਸ਼ੁੱਕਰਵਾਰ ਨੂੰ ਮਤਲਬ ਮੈਂ ਉਹਨਾਂ ਨੂੰ ਯਾਦ ਕਰਨ ਲਈ ਕਹਿ ਲਓ ਇੱਕ ਦਿਨ ਹੁੰਦਾ, ਅਤੇ ਹਮੇਸ਼ਾ ਕਈ ਵਾਰੀ ਮੇਰਾ ਆਉਣਾ ਉਰੇ ਹੋਇਆ ਅਤੇ ਉੱਧਰ ਸ਼ੁੱਕਰਵਾਰ ਹੁੰਦਾ ਸੀ। ਅਤੇ ਮੈਨੂੰ ਇਸ ਤਰ੍ਹਾਂ ਇੰਟਿਊਸ਼ਨ ਹੁੰਦੀ ਸੀ ਕਿ ਇਸ ਘਰ 'ਚੋਂ ਜੇ ਕੋਈ ਬੰਦਾ ਜੇ ਮੈਨੂੰ ਚਾਂਸ ਮਿਲਦਾ ਤਾਂ ਬਹੁਤ ਅੱਛਾ ਲੋਕਾਂ ਲਈ ਔਰ ਲੋਕਾਂ ਦੇ ਹਿੱਤ 'ਚ ਹੋਏਗਾ। ਸੋ ਉਹਦੇ ਲਈ ਮੈਂ ਅੱਜ ਖੁਸ਼ ਹਾਂ ਕਿ ਕਾਂਗਰਸ ਪਾਰਟੀ ਨੇ ਸਾਡੇ 'ਤੇ ਯਕੀਨ ਕੀਤਾ ਔਰ ਬਲਜੀਤ ਜੀ ਨੂੰ ਇਹ ਟਿਕਟ ਯੈਸ ਕੀਤੀ ਹੈ, ਔਰ ਅਸੀਂ ਉਹਦੀ ਤਿਆਰੀ ਸ਼ੁਰੂ ਕੀਤੀ ਹੈ ਜੀ। ਅੱਜ ਤੋਂ ਦਫ਼ਤਰ ਦਾ ਉਦਘਾਟਨ ਕੀਤਾ ਹੈ ਔਰ ਘਰ ਘਰ ਅਸੀਂ ਜਾਵਾਂਗੇ, ਲੋਕਾਂ ਨੂੰ ਵਿਸ਼ਵਾਸ ਦਿਵਾਵਾਂਗੇ ਕਿ ਅਸੀਂ ਉਹਨਾਂ ਲਈ ਕੰਮ ਕਰ ਸਕਦੇ। ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਵੀ ਜਿਹੜੀ ਕਾਂਗਰਸ ਪਾਰਟੀ ਦੀ ਵਾਰਡ ਨੰਬਰ 27 ਦੇ ਵਿੱਚ ਕਿਹੋ ਜਿਹੀ ਪਰਫਾਰਮੈਂਸ ਰਹੂਗੀ ਅਤੇ ਮੁਕਾਬਲਾ ਕਿਹਦੇ ਨਾਲ ਹੋਏਗਾ? ਸਾਡਾ ਤਾਂ ਜੀ ਦੇਖੋ ਆਪਣੇ ਆਪ ਨਾਲ ਹੀ ਮੁਕਾਬਲਾ ਮੈਂ ਤਾਂ ਕਰਦੀ ਹਾਂ, ਮੈਂ ਕਿਸੇ ਨੂੰ ਆਪਣਾ ਵਿਰੋਧੀ ਨਹੀਂ ਸਮਝਦੀ, ਔਰ ਇਸੇ ਤਰ੍ਹਾਂ ਦੀ ਸੋਚ ਦੇ ਬੰਦੇ ਮੈਂ ਆਪਣੇ ਨਾਲ ਜੋੜਦੀ ਹਾਂ ਜਿਹੜੇ ਐਟਲੀਸਟ ਭੋਲਾਪਣ ਜਿਹਨਾਂ ਦੇ ਰੂਹ ਅੰਦਰੋਂ ਜਿਹਨੇ ਜਿਹੜੀ ਚਾਹੁੰਦੀ ਹੋਵੇ ਕਿ ਮੈਂ ਕੁਛ ਕਰਕੇ ਮਰਾਂ ਜੀਵਨ 'ਚ। ਸੋ ਮੇਰਾ ਕਿਸੇ ਨਾਲ ਕੋਈ ਸਾਡਾ ਕੰਪੀਟੀਸ਼ਨ ਨਹੀਂ ਜੀ, ਸਾਡੇ ਆਪਣਾ ਇੱਕ ਤਰੀਕਾ ਕੰਮ ਕਰਨ ਦਾ, ਸਾਡਾ ਤਾਂ ਹੱਕ ਸੱਚ ਲਈ ਔਰ ਜਿਸ ਤਰ੍ਹਾਂ ਦਾ ਮੈਨੂੰ ਲੱਗਦਾ ਕਿ ਹੋਣਾ ਚਾਹੀਦਾ ਪੰਜਾਬ ਦਾ ਮਾਹੌਲ, ਅਸੀਂ ਉਹਦੇ ਲਈ ਲੜਦੇ ਹਾਂ। ਸੋ ਸਾਡੀ ਲੜਾਈ ਤਾਂ ਸਭ ਨੂੰ ਇਕੱਠੇ ਕਰਨ ਦੀ ਹੈ ਕਿ ਪਰ ਹੁਣ ਜੇ ਮੌਕਾ ਇੰਨੇ ਅੱਛੇ ਬੰਦੇ ਨੂੰ ਮਿਲਿਆ ਤਾਂ ਇਹਦੀ ਜਿੱਤ ਯਕੀਨੀ ਹੋਣੀ ਚਾਹੀਦੀ ਹੈ, ਮੇਰੀ ਅਰਦਾਸ ਵੀ ਆ, ਲੋਕਾਂ ਨੂੰ ਅਪੀਲ ਵੀ ਹੈ। ਨਹੀਂ, ਇੱਥੇ ਇੱਕ ਸਵਾਲ ਬਣ ਗਿਆ ਜੀ, ਬੰਤੋ ਮਹੰਤ ਪਹਿਲਾਂ ਕਾਂਗਰਸ ਪਾਰਟੀ ਤੋਂ ਟਿਕਟ ਮੰਗ ਗਏ ਸੀ, ਹਾਂਜੀ, ਇੱਕ ਧੜਾ ਜਿਨ੍ਹਾਂ ਦੇ ਆਗੂਆਂ ਦੇ ਵੀ ਤੁਸੀਂ ਜਾਣੋ, ਇਹ ਪਤਾ ਕੀ ਉਹ ਆਜ਼ਾਦ ਖੜੀ ਹੈ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਮੈਨੂੰ ਇਹਦੇ ਬਾਰੇ ਨਹੀਂ ਪਤਾ ਕਿ ਉਹ ਆਜ਼ਾਦ ਖੜੇ ਹੈ ਜਾਂ ਕਿੱਦਾਂ, ਮੈਂ ਉਹਨਾਂ ਦਾ ਨਾਂ ਇਸੇ ਤਰ੍ਹਾਂ ਪੜ੍ਹਿਆ ਜਿਵੇਂ ਤੁਸੀਂ ਜਾਣਦੇ ਹੋ, ਉਹਨਾਂ ਨੇ ਸਾਡੇ ਤੱਕ ਕੋਈ ਮੇਰੇ ਤੱਕ ਕੋਈ ਅਪਰੋਚ ਨਹੀਂ ਕੀਤੀ। ਦੇਖੋ ਮੈਨੂੰ ਉਰੇ ਬਿਠਾਇਆ ਗਿਆ ਸੀਗਾ, ਜੇ ਉਹ ਮੈਨੂੰ ਅਪਰੋਚ ਕਰ ਲੈਂਦੇ, ਮੈਨੂੰ ਮਿਲ ਲੈਂਦੇ ਤਾਂ ਮੈਂ ਉਹਨਾਂ ਦੀ ਆਵਾਜ਼ ਵੀ ਪਹੁੰਚਾਉਣੀ ਸੀ ਜੀ। ਇਹ ਤਾਂ ਮੈਨੂੰ ਜੋ ਸਹੀ ਲੱਗਿਆ ਮੈਂ ਤਾਂ ਆਪਣਾ ਪੱਖ ਪਾਰਟੀ ਨੂੰ ਦੱਸ ਸਕਦੀ ਹਾਂ, ਅਤੇ ਬੰਤੋ ਮਹੰਤ ਜੀ ਦਾ ਮੇਰੇ ਮਨ 'ਚ ਪੂਰਾ ਸਤਿਕਾਰ ਹੈ, ਮੈਂ ਉਹਨਾਂ ਨੂੰ ਆਪਣੀ ਇਲੈਕਸ਼ਨ 'ਚ ਮਿਲੀ ਸੀ ਅਤੇ ਸਾਨੂੰ ਉਹਨਾਂ ਦੀ ਵੀ ਲੋੜ ਹੈ, ਅਤੇ ਮੈਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਕੁਛ ਹੁੰਦੇ ਆ ਲੋਕ ਜਿਹੜੇ ਤੁਹਾਡੇ ਵੀ ਕਈ, ਮੈਂ ਇਹ ਨਹੀਂ ਕਹਿੰਦੀ ਕਈ ਬੁੱਕਲ ਦੇ ਸੱਪ ਮੈਨੂੰ ਲੱਗਦੇ ਹੁੰਦੇ ਆ, ਉਹ ਹੁੰਦੇ ਆ ਜਿਹੜੇ ਚਾਹੁੰਦੇ ਨੇ ਕਿ ਬਿੱਟੀ ਕੰਮ ਕਰੇ ਇੱਥੇ, ਉਹਨੂੰ ਡਾਊਨ ਕਰਨਾ ਕਿਸੇ ਤਰੀਕੇ, ਅਤੇ ਉਹ ਸਾਡੇ ਵਿਰੋਧੀ ਪਾਰਟੀਆਂ ਨੇ ਜੀ ਜਿਹੜੇ ਇਹਨਾਂ ਨੂੰ ਮੂਹਰੇ ਕਰਕੇ ਕੁਛ ਬੰਦਿਆਂ ਨੂੰ ਉਹ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਲੈਂਦੇ ਆ। ਬਾਕੀ ਮੈਨੂੰ ਭਰੋਸਾ ਆਪਣੇ ਆਪ 'ਤੇ ਹੈ ਔਰ ਗੁਰੂ ਸਾਹਿਬ 'ਤੇ ਹੈ ਕਿ ਮੈਂ ਜਦੋਂ ਉਹਨਾਂ ਨੂੰ ਮਿਲਾਂਗੀ ਉਹਨਾਂ ਨੂੰ ਮੇਰੀ ਸੋਚ ਦਾ ਪਤਾ ਲੱਗ ਜਾਏਗਾ।
ਕਾਰਵਾਈ ਤਾਂ ਪਾਰਟੀ ਦਾ ਕੰਮ ਹੈ ਜੀ, ਇਹ ਮੇਰਾ ਨਹੀਂ ਹੈ ਪਰਸਨਲੀ। ਮੈਂ ਆਪਣਾ ਕੰਮ ਕਰ ਸਕਦੀ ਹਾਂ, ਉਹ ਮੈਂ ਸੱਚੇ ਦਿਲੋਂ ਕਰਦੀ ਹਾਂ। ਮੈਂ ਉਹਨਾਂ ਨੂੰ ਪਾਰਟੀ ਜੁਆਇਨ ਕਰਾਈ ਸੀ, ਉਹ ਰਾਧਾ ਸਵਾਮੀ ਪਰਿਵਾਰ ਨਾਲ ਸੰਬੰਧਿਤ ਨੇ। ਸੋ ਮੈਨੂੰ ਲੱਗਦਾ ਸੀਗਾ ਇੱਕ ਰਾਧਾ ਸਵਾਮੀ ਜਿੰਨੇ ਵੀ ਪਰਿਵਾਰ ਨੇ ਸਾਡੇ ਲੁਧਿਆਣੇ ਜ਼ਿਲ੍ਹੇ 'ਚ, ਪੂਰੇ ਪੰਜਾਬ 'ਚ, ਉਹਨਾਂ ਨੇ ਪਾਰਟੀ ਨੂੰ ਬਹੁਤ ਸਪੋਰਟ ਕੀਤਾ ਅਤੇ ਉਹਨਾਂ ਦੇ ਆਉਣ ਨਾਲ ਉਹ, ਔਰ ਦੂਜੀ ਗੱਲ, ਉਹ ਬਹੁਤ ਹੀ ਮਿਹਨਤੀ ਵਰਕਰ ਹੈ ਸਾਡੇ ਪਾਰਟੀ ਦੇ, ਬਹੁਤ ਜ਼ਿਆਦਾ ਮਿਹਨਤ। ਇਹ ਬੱਚੇ ਤੋਂ ਤੁਸੀਂ ਪੁੱਛ ਸਕਦੇ ਹੋ ਕਿ ਜਦੋਂ ਤੋਂ ਉਹਨਾਂ ਨੂੰ ਜੁਆਇਨ ਕਰਾਇਆ, ਇੱਕ ਵੀ ਦਿਨ ਉਹਨਾਂ ਦਾ ਪੈਰ ਧਰਤੀ ਨੂੰ ਨਹੀਂ ਲੱਗਿਆ, ਇੰਨਾ ਜ਼ਿਆਦਾ ਉਹ ਕੰਮ ਮਿਹਨਤੀ ਹੁੰਦਾ। ਸੋ ਬਾਕੀ ਆਸ਼ੀਰਵਾਦ ਤਾਂ ਮੈਂ ਉਹਨਾਂ ਨੂੰ ਦਿੱਤਾ ਸੀ ਕਿਉਂਕਿ ਉਹ ਮਿਹਨਤੀ ਨੇ। ਜਿਹੜਾ ਬੰਦਾ ਮਿਹਨਤੀ ਹੈ ਉਹ ਤਾਂ ਮੱਲੋ ਮੱਲੀ ਆਸ਼ੀਰਵਾਦ ਲੈ ਲੈਂਦਾ ਹਰ ਬੰਦੇ ਦਾ। ਸੋ ਉਹਨਾਂ ਦੀ ਮਿਹਨਤ ਨੂੰ ਮੈਂ ਆਸ਼ੀਰਵਾਦ ਦਿੱਤਾ ਹੈ। ਬਾਕੀ ਪਾਰਟੀ ਦਾ ਇੱਕ ਆਪਣਾ ਦੇਖੋ ਸਿਸਟਮ ਹੈ, ਪਾਰਟੀ ਤਾਂ ਸਭ ਦੀ ਮਾਂ ਆ, ਅਸੀਂ ਵੀ ਪਾਰਟੀ ਦੀ ਚੜ੍ਹਦੀ ਕਲਾ ਲਈ ਬੰਦੇ ਲੱਭਣੇ ਆ, ਉਹਨਾਂ ਨੂੰ ਜੁਆਇਨ ਕਰਾ ਰਹੇ। ਪਰ ਅੱਜ ਕੁਛ ਲੋਕ ਨੇ ਜਿਹੜੇ ਆਪਣੇ ਨਿੱਜੀ ਸਵਾਰਥ ਲਈ, ਮੈਂ ਕਹਿੰਦੀ ਹਾਂ ਕਿ ਦੂਜੇ ਬੰਦਿਆਂ ਨੂੰ ਜਾਂ ਜਿਹੜੇ ਮੇਰੇ ਵਿਰੋਧੀ ਨੇ, ਮੈਂ ਤਾਂ ਜਾਣਦੀ ਹਾਂ, ਮੇਰਾ ਵਿਰੋਧੀ ਤਾਂ ਸ਼ਰਨਜੀਤ ਢਿੱਲੋਂ ਹੈ ਜਿਹੜਾ ਅਕਾਲੀ ਦਲ ਦਾ ਬੰਦਾ ਹੈ, ਜਿਹਨੂੰ ਪਤਾ ਹੈ ਕਿ ਅੱਜ ਮਿੱਟੀ ਇੱਥੇ ਸਟਰੋਂਗ ਹੋ ਰਹੀ ਹੈ, ਉਹਨੇ ਕਿਸ ਤਰ੍ਹਾਂ ਮੇਰੀ ਟੀਮ ਨੂੰ ਤੋੜਨਾ, ਸਾਨੂੰ ਕੰਮ ਨਹੀਂ ਕਰਨ ਦੇਣਾ, ਇਹ ਢਿੱਲੋਂ ਦੀਆਂ ਸਿਆਸਤਾਂ ਹੋਣਗੀਆਂ। ਅਤੇ ਮੈਂ ਤਾਂ ਇਹੀ ਕਹਿਣਾ ਵੀ ਢਿੱਲੋਂ ਸਾਹਿਬ ਹੁਣ ਮੋਹਰੇ ਜੇ ਖੇਡਣੇ ਛੱਡ ਦਿਉ, ਆਪ ਖੁੱਲ੍ਹ ਕੇ ਸਾਹਮਣੇ ਆਓ ਵੀ, ਅਤੇ ਮੈਂ ਹਰ ਤਰ੍ਹਾਂ ਤਿਆਰ ਹਾਂ, ਕੋਈ ਮੇਰੇ ਮਨ 'ਚ ਦੁਵਿਧਾ ਨਹੀਂ। ਮੈਂ ਆਪਣੇ 100% ਆਪਣੀ ਪਾਰਟੀ ਲਈ ਸੰਸੀਅਰ ਹਾਂ, ਕਾਂਗਰਸ ਪਾਰਟੀ ਲਈ, ਔਰ ਆਪਣੇ ਲੋਕਾਂ ਲਈ ਸੰਸੀਅਰ ਐਫਰਟ ਕਰ ਰਹੀ। ਇਹ ਹੁਣ ਪਾਰਟੀਆਂ ਦੇਖਣਾ, ਹਾਂਜੀ, ਮੇਰੀ ਪੂਰੀ ਕੋਸ਼ਿਸ਼ ਹੋਵੇਗੀ, ਉਦੋਂ ਉਹਦਾ ਬਣ ਦਾ ਹੱਕ ਮਿਲੇ, ਮੇਰੀ ਪੂਰੀ ਕੋਸ਼ਿਸ਼ ਹੋਏਗੀ। ਅਤੇ ਬਾਕੀ ਲੋਕ ਸਿਆਣੇ ਆ ਜੀ, ਹੁਣ ਮੈਂ ਇਸ ਇਹ ਉਹਦਾ ਪਰਸਨਲ ਡਿਸੀਜ਼ਨ ਹੋਏਗਾ ਜੋ ਵੀ ਹੋਏਗਾ। 26 ਨੰਬਰ ਵਾਰਡ ਦੇ ਵਿੱਚ ਤੁਸੀਂ ਚੋਣ ਪ੍ਰਚਾਰ ਕਰੋਗੇ? ਮੇਰੀ ਤਾਂ ਦੇਖੋ ਪਾਰਟੀ ਜਿਵੇਂ ਡਿਊਟੀ ਲਾਊਗੀ, ਮੈਂ ਤਾਂ ਉਸ ਤਰ੍ਹਾਂ ਕੰਮ ਕਰਨਾ। ਫਿਲਹਾਲ ਮੇਰੀ ਡਿਊਟੀ ਇੱਥੇ ਲੱਗੀ ਹੋਈ ਹੈ 27 ਨੰਬਰ ਵਾਰਡ 'ਚ, ਔਰ 3 ਵਾਰਡਾਂ 'ਤੇ ਮੈਨੂੰ ਉਹਨਾਂ ਨੇ ਕਿਹਾ ਵੀ 3 ਵਾਰਡਾਂ 'ਚ ਤੁਸੀਂ ਸਾਂਭੋ। ਦੇਖੋ ਜੀ, ਮੈਂ ਉਹਨਾਂ ਨੂੰ ਲੈ ਕੇ ਆਈ ਸੀ ਪਾਰਟੀ 'ਚ, ਇਹ ਉਹਨਾਂ ਦੀ ਆਪਣੀ ਦੇਖੋ ਇੱਕ ਥਿੰਕਿੰਗ ਹੈ। ਹੁਣ ਆਸ਼ੀਰਵਾਦ ਤਾਂ ਕੋਈ ਵੀ ਲੈ ਸਕਦਾ ਹੈ, ਉਹਦਾ ਇੱਕ ਆਪਣਾ ਨਿੱਜੀ ਹੈ। ਇਹ ਉਹਦਾ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਹੈ। ਦੇਖੋ ਹੁਣ ਇਹ ਤਾਂ ਹੁਣ ਹਰ ਬੰਦਾ, ਮੇਰਾ ਨਾਂ ਤਾਂ ਹੁਣ 4 ਬੰਦੇ ਹੋਰ ਉਛਾਲ ਦੇਣਗੇ ਕਿਸੇ ਪਾਸੇ, ਅਸੀਂ ਤਾਂ ਪਾਰਟੀ ਨਾਲ ਹੀ ਹਾਂ, ਪਾਰਟੀ ਨੇ ਸਹੀ ਫੈਸਲਾ ਲਿਆ। ਜੋ ਇੱਕ ਚੀਜ਼ ਹੋਰ ਜੀ, ਬੰਦ ਤੋਂ ਮੰਨਦੇ ਨੇ ਨਾ, ਕੱਲ ਨੈਸ਼ਨਲ ਮੀਡੀਆ ਦੇ ਵਿੱਚ 30 ਲੱਖ ਦੀ ਗੱਲ ਕੀਤੀ। ਹਾਂਜੀ, ਆ ਬੈਠੇ ਨੇ ਜੀ ਸਾਹਮਣੇ, ਨਾਲ ਪੁੱਛ ਲਓ ਵੀ ਅਸੀਂ ਕਿਹੜਾ ਕਿਹੜਾ ਪੈਂਦੇ ਨੇ। ਅਜਿਹਾ ਫਿਰ ਇੱਕ ਰੁਪਈਆ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਚੱਕਣ ਨੂੰ ਕਹਿੰਦੇ ਆ, ਉਦਾਂ ਜਿਵੇਂ ਮਰਜ਼ੀ ਕੋਈ ਬੰਦਾ ਬਦਨਾਮ ਕਰੀ ਜਾਵੇ। ਇਹ ਜਿਹੜੇ ਮੈਂ ਹੋਈ ਕਹਿੰਦੀ ਆ, ਜਿਹੜੇ ਬੁੱਕਲ ਦੇ ਸੱਪ ਨੇ ਨਾ, ਸੱਪ ਪੰਜਾਬੀ, ਉਹਨਾਂ ਤੋਂ ਬਚੋ। ਇਹ ਪੰਜਾਬੀਆਂ ਨੂੰ ਮੈਂ ਬਾਰ ਬਾਰ ਕਹਿੰਦੀ ਆ ਵੀ ਡੁੱਲੇ ਬੇਰਾਂ ਦਾ ਅਜੇ ਕੁਝ ਵਿਗੜਿਆ ਨਹੀਂ, ਘੱਟੋ ਘੱਟ ਮੈਂ ਇਹ ਗੁਰੂ ਸਾਹਿਬ ਦੀ ਸੌਂਹ ਕੇ ਖਾ ਕੇ ਕਹਿੰਦੀ ਹਾਂ ਕਿ ਮੈਂ ਉਹ ਸਿਆਸਤਦਾਨ ਨਹੀਂ ਬਣੂਗੀ ਜਿਹੜੇ ਆਪਣੀਆਂ ਵਜ਼ੀਰੀਆਂ ਲਈ ਪੰਜਾਬ ਨੂੰ ਵੇਚਦੇ ਆ। ਔਰ ਮੈਨੂੰ ਇਸ ਗੱਲ ਦਾ ਅਹਿਸਾਸ ਹੈ, 20 ਸਾਲ ਮੈਂ ਆਪਣੇ ਗੁਰੂ ਸਾਹਿਬ ਦਾ ਗਾਉਂਦਿਆਂ ਨੂੰ ਹੋ ਗਿਆ ਮੈਨੂੰ ਆਪਣਾ, ਅਤੇ ਉਹ ਜਿਹੜਾ ਅੰਦਰ ਮੇਰੇ ਵਸਿਆ ਹੋਇਆ ਨਾ, ਅਤੇ ਮੈਂ ਮਰਨਾ ਕਬੂਲ ਹੈ ਔਰ ਆਪਣੀ ਜੁਰਤ ਨਾਲ ਜੀ ਕੇ ਦਿਖਾਊਂਗੀ, ਇਹ ਮੇਰੇ ਪੰਜਾਬੀ ਮੇਰੇ 'ਤੇ ਮਾਣ ਕਰਨਗੇ। ਲੁਧਿਆਣਾ ਤੋਂ ਗੁਰਪ੍ਰੀਤ ਸਿੰਘ ਮਹਿਦੂਦਾ ਦੀ ਰਿਪੋਰਟ।